ਨਹੀਂ ਅੱਜ ਸਾਡੀਆਂ ਬੱਸਾਂ ਦੀ ਰੈਲੀਆਂ ਚ ਡਿਊਟੀਆਂ ਲਾਈਆਂ ਗਈਆਂ ਸੀ ਵੀ ਤੁਸੀਂ ਬੱਸਾਂ ਰੈਲੀਆਂ ਤੇ ਲੈ ਕੇ ਜਾਣੀਆਂ, ਪਰ ਕੱਲ ਜਿਹੜੀ ਰੈਲੀ ਹੋਈ ਉੱਥੇ ਸਾਡੇ ਫਰੀਦਕੋਟ ਡਿਪੂ ਦੀਆਂ 30 ਬੱਸਾਂ ਲਾਈਆਂ ਸੀ ਜਿਹੜੀ ਖੰਨੇ ਰੈਲੀ ਹੋਈ ਹੈ। ਇੱਕ ਰੈਲੀ ਤੇ ਜਾਣ ਨਾਲ 3 ਦਿਨ ਪ੍ਰਭਾਵਿਤ ਹੁੰਦੇ ਆ, 3 ਦਿਨ ਲੋਕਾਂ ਨੂੰ ਵੀ ਖੱਜਲ ਖੁਆਰ ਹੋਣਾ ਪੈਂਦਾ, ਸਾਡੇ ਸਟਾਫ ਨੂੰ ਵੀ ਖੱਜਲ ਖੁਆਰ ਹੋਣਾ ਪੈਂਦਾ। ਇਸ ਦੀ ਬੰਦੀ ਡਿਊਟੀ ਲਈ ਜਾਂਦੀ ਸਾਡੇ ਤੋਂ, ਨਾ ਕਿ ਓਵਰ ਟਾਈਮ ਦਿੱਤਾ ਜਾਂਦਾ, ਨਾ ਕੋਈ ਨਾਈਟ। ਖਾਣ ਪੀਣ ਵੀ ਡਰਾਈਵਰ ਨੇ ਟਰੱਕ ਦੇ ਕੋਲੋਂ ਕਰਦਾ। ਜਦੋਂ ਕਿ ਕੋਈ ਰੈਲੀ ਤੇ ਜਾਂਦਾ, 1 ਦਿਨ ਪਹਿਲਾਂ ਬੱਸਾਂ ਰੋਕ ਲੈਂਦੇ ਆ। ਜੇ ਮੰਨ ਲਓ 11 ਨੂੰ ਜਾਂ 12 ਨੂੰ ਰੈਲੀ ਆ ਤੇ 11 ਨੂੰ ਰੋਕ ਲਈਆਂ, 12 ਨੂੰ ਰੈਲੀ ਆ ਤੇ 12 ਨੂੰ ਰਾਤ 12-1 ਵਜੇ ਇੱਕ ਡਰਾਈਵਰ ਨੇ ਡਿਪੂ ਆਉਂਦੇ ਆ, ਫਿਰ ਘਰ ਵੀ ਜਾਣਾ ਹੁੰਦਾ, ਅਗਲੇ ਦਿਨ ਆ ਕੇ ਡਿਊਟੀ ਵੀ ਕਰਨੀ ਹੁੰਦੀ ਆ। ਯਾਨੀ ਕਿ 3 ਦਿਨ ਪ੍ਰਭਾਵਿਤ ਹੁੰਦੇ ਆ। ਜਿਵੇਂ ਕਿ ਜਿਹੜੀ ਅੱਜ ਰੈਲੀ ਆ ਖਡੂਰ ਸਾਹਿਬ ਰੈਲੀ ਸੀ, ਸਾਡੇ ਡਿਪੂ ਦੀ 50 ਬੱਸਾਂ ਮੰਗੀਆਂ ਗਈਆਂ ਸੀ ਫਰੀਦਕੋਟ ਡਿਪੂ ਦੀਆਂ। ਜਦੋਂ ਅੰਮ੍ਰਿਤਪਾਲ ਸੁਖਾਨੰਦ MLA ਨਾਲ ਤਾਲਮੇਲ ਕਰਿਆ ਗਿਆ, ਉਹਨਾਂ ਨੂੰ ਬੱਸਾਂ ਭੇਜਣੀਆਂ ਸੀ 50, ਪਰ ਉਹਨਾਂ ਦੇ PA ਨੇ ਫੋਨ ਨਹੀਂ ਚੱਕਿਆ ਜਿੱਥੋਂ ਤੱਕ ਸਾਨੂੰ ਸੂਚਨਾ ਮਿਲੀ ਹੈ। ਪਰ ਸਾਡੇ ਜਿਹੜੇ ਦੂਜੇ ਅਧਿਕਾਰੀਆਂ ਨੇ ਫਿਰ MLA ਨਾਲ ਸਿੱਧਾ ਰਾਬਤਾ ਬਣਾਇਆ। MLA ਨੇ ਸਿੱਧਾ ਜਵਾਬ ਦਿੱਤਾ ਵੀ ਮੈਂ ਬੱਸਾਂ ਨਹੀਂ ਮੰਗਵਾਈਆਂ, ਤੁਸੀਂ MLA ਮੋਲਕ ਨਾਲ ਗੱਲ ਕਰ ਲਓ, ਹਲਕਾ ਜੈਤੋ ਨਾਲ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਕਿਹਾ ਵੀ ਅਸੀਂ 60 ਬੱਸਾਂ ਮੁਕਤਸਰ ਡਿਪੂ ਤੋਂ ਮੰਗਵਾ ਲਈਆਂ, ਯਾਨੀ ਕਿ ਸਾਨੂੰ ਕੋਈ ਤਨ ਪੱਤਨ ਨਹੀਂ ਲਾਇਆ ਜਾ ਰਿਹਾ ਵੀ ਤੁਸੀਂ ਬੱਸਾਂ ਰੈਲੀ ਤੇ ਲੈ ਕੇ ਜਾਣੀਆਂ ਕਿ ਰੂਟ ਤੇ ਲੈ ਕੇ ਜਾਣੀਆਂ। ਦੇਖੋ ਜੀ, ਜੇਕਰ ਅੱਜ ਬੱਸਾਂ ਰੈਲੀ ਤੇ ਨਹੀਂ ਜਾਂਦੀਆਂ ਤਾਂ ਜਿਹੜੀਆਂ 50 ਬੱਸਾਂ ਦੇ ਟਾਈਮ ਮਿਸ ਹੋਏ ਆ, ਇਹਦਾ ਹਰਜਾਨਾ ਕੌਣ ਭਰੂਗਾ? ਕਿਉਂਕਿ ਮਹਿਕਮੇ ਨੇ ਤਾਂ ਇਹ ਕਹਿ ਦੇਣਾ ਵੀ ਸਾਡੇ ਤੋਂ MLA ਨੇ ਬੱਸਾਂ ਮੰਗੀਆਂ, ਸਰਕਾਰ ਨੇ ਮੰਗੀਆਂ, ਅਸੀਂ ਦਿੱਤੀਆਂ, ਪਰ ਟਾਈਮ ਮਿਸ ਹੋਇਆ, ਲੋਕ ਖੱਜਲ ਖੁਆਰ ਹੋਏ ਆ, ਸਟਾਫ ਖੱਜਲ ਖੁਆਰ ਹੋਇਆ, ਨਿਗੂਣੀਆਂ ਤਨਖਾਹ ਤੇ ਸਟਾਫ ਕੰਮ ਕਰ ਰਿਹਾ, ਸਰਕਾਰ ਇਹਨਾਂ ਪਾਸੇ ਮੰਗਾਂ ਵੱਲ ਤਾਂ ਕੋਈ ਧਿਆਨ ਨਹੀਂ ਦੇ ਰਹੀ। ਆਏ ਦਿਨ ਰੈਲੀਆਂ ਤੁਸੀਂ ਲੋਕਾਂ ਨੂੰ ਕੰਮ ਕਰਕੇ ਵਿਖਾਓ, ਤੁਹਾਨੂੰ ਰੈਲੀਆਂ ਕਰਨ ਦੀ ਜ਼ਰੂਰਤ ਹੀ ਨਾ ਪਵੇ। ਕਿੰਨੀਆਂ ਬੱਸਾਂ ਸੀ ਫਰੀਦਕੋਟ ਡਿਪੂ ਦੀਆਂ? ਸਾਡੇ ਫਰੀਦਕੋਟ ਡਿਪੂ 'ਚ 106 ਬੱਸਾਂ, ਕੱਲ 30 ਬੱਸਾਂ ਜਿਹੜੀਆਂ ਖੰਨੇ ਰੈਲੀ ਤੇ ਗਈਆਂ ਸੀ, 30 ਬੱਸਾਂ 'ਚ ਰਾਤ ਦੇਰ ਰਾਤ ਹੀ ਵਾਪਸ ਆਈਆਂ, ਕੋਈ 11 ਵਜੇ ਆਈ ਹੈ, ਕੋਈ 12 ਵਜੇ ਆਈ ਆ, ਤੇ ਅੱਜ 50 ਬੱਸਾਂ ਹੋਰ ਮੰਗ ਲਈਆਂ ਸੀ ਖਡੂਰ ਸਾਹਿਬ ਰੈਲੀ ਵਾਸਤੇ। ਯਾਨੀ ਕਿ 80 ਬੱਸਾਂ ਪ੍ਰਭਾਵਿਤ ਹੋਈਆਂ, 80 ਬੱਸਾਂ ਨਾਲ ਲਗਭਗ ਫਰੀਦਕੋਟ ਡਿਪੂ ਦੇ 90% ਟਾਈਮ ਪ੍ਰਭਾਵਿਤ ਹੋਇਆ। ਤੇ ਦੇਖੋ ਕਿੰਨੀ ਜਨਤਾ ਖਜਲ ਖੁਆਰ ਹੋਈ ਆ, ਲੋਕਾਂ ਨੇ ਕਿਸੇ ਨੇ ਚੰਡੀਗੜ੍ਹ ਜਾਣਾ, ਕਿਸੇ ਨੇ ਕੋਈ ਐਮਰਜੈਂਸੀ ਕੰਮ ਜਾਣਾ, ਬਹੁਤ ਜ਼ਿਆਦਾ ਜਨਤਾ ਦੀ ਖਜਲਖੁਆਰੀ ਹੋਈ ਹੈ। ਇੱਕ ਪਾਸੇ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ, ਪਰ ਲੋਕਾਂ ਦੀਆਂ ਜਿਹੜੀਆਂ ਦਿੱਤੀਆਂ ਸਹੂਲਤਾਂ ਉਹਨਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ। ਕਾਰਨ ਕੀ ਮੰਨਦੇ ਹੋ ਵੀ ਅੱਜ ਬੱਸਾਂ, ਕਿਉਂਕਿ ਸਾਰੇ ਤਾਂ ਜਾ ਰਹੀਆਂ, ਪਰ ਕਾਰਨ ਕੀ ਵਾਪਸ ਹੋਣ ਦਾ ਵੀ ਲੋਕ ਨਹੀਂ ਜਾ ਰਹੇ ਜਾਂ ਫਿਰ ਹੋਰ ਕਾਰਨ ਮੰਨਦੇ? ਇਹ ਤਾਂ ਜਾਂ ਤਾਂ MLA ਦੀ ਆਪਸੀ ਪਿੰਡਾਂ ਦੇ ਸਰਪੰਚਾਂ ਨਾਲ ਕੋਈ ਤਾਲਮੇਲ ਹੈ ਨਹੀਂ, ਤੇ ਜੇ ਤਾਲਮੇਲ ਹੋਊਗਾ ਵੀ, ਜਿੱਥੋਂ ਤੱਕ ਸਾਨੂੰ ਲੱਗਦਾ ਵੀ ਲੋਕ ਇਹਨਾਂ ਸਰਕਾਰ ਤੋਂ ਅੱਕ ਚੁੱਕੇ ਆ, ਇੱਕ ਗੱਲਾਂ ਤੱਕ ਹੀ ਇਹ ਸਰਕਾਰ ਸੀਮਤ ਆ, ਕਿਉਂਕਿ ਸਰਕਾਰ ਚਾਹੁੰਦੀ ਤਾਂ ਲੋਕਾਂ ਦੇ ਕੰਮ ਕਰਕੇ ਵਿਖਾਉਂਦੀ ਤੇ ਰੈਲੀਆਂ ਦੀ ਜ਼ਰੂਰਤ ਨਾ ਪੈਂਦੀ। ਸਰਕਾਰ ਨਰੇਗਾ ਵਾਲੇ ਦੂਜੇ ਤੀਜਿਆਂ ਨੂੰ ਲਿਜਾ ਕੇ ਰੈਲੀਆਂ 'ਚ ਜ਼ਿਆਦਾ ਕੱਟ ਵਿਖਾਉਂਦੀ ਆ, ਪਰ ਇਹ ਚੀਜ਼ਾਂ ਹੁਣ ਨਾਲ ਹੁਣ ਲੋਕ ਜਾਗਰੂਕ ਹੋ ਗਏ ਆ, ਲੋਕਾਂ 'ਤੇ ਇਹਨਾਂ ਦਾ ਪ੍ਰਭਾਵ ਨਹੀਂ ਪੈਣਾ।